खा खा फरीद अपना घर समझ के खा माफी दे दे मेनू ओ किसे दा समझ के 250 अंब खा गया उतो तूनू हुण अपना कह दे उस्ताद जी की गल हो गई है दो अंब मेरे बच गए बस सिर्फ बाकी तो मैं अल्लाह दी रहमत नाल तुहाडी वजह तों खाण डे के तुसी लगे ए बचे नहीं हैगे इहनां दा भी मकाम तू ही करना वा जिड्डी तेरी स्पीड फड़ी है ना यार दो दो असीं अंब खादे आ ते साडी बस हो गई यकीन कर ओके ए तां 26वां अंबा ते वे अच्छा खाण इदां लिया जिवें डटोर इहदा नाम आ लंगड़े लंगड़े कही जान डे होर कोई लंगड़े तुहानू कितना पता बेटा लंगड़े आ जो तो दो पेटियां आई ना अच्छा तो मेनु उदो पता लग गया लंगड़े किदा लंगड़े आ एक पेटी च अंब आए सी अच्छा दूजी च उन्हां दी विसाखियां आईयां सी उधर ध्यान कर सानू भी लग जाणा है भी तेरे ही है अल्लाह माफी यार वेख ले ओहो खुदा दी कसम है रूह खिंच लैंदा अंब दी गिले भूसे वरगा अंब करदा ही पेस्ट कढ़न डिया विचों देख यार तू तेरे अंब चूसन तो मेनु लग रहा बहुत ना तशद्दुद टाइप वाला खामदा अच्छा पहले नी सी लंगड़े या तू करते मर्जी का वेखण दिओ ना उस्ताद जी बोला कर बोला उस्ताद जी भुख नहीं लगती पता नहीं क्यों है जी भुख ही नहीं लगती उस्ताद जी मैं बच्चे इन खान आले आए यार मेरी गल सुन दो लै जाना घर चार चार हो जाएंगे लै जा जेडे बच्चे बच्चे नहीं लै जा दो लै गया ना तू आहो ਉਹ ਮੇਰੇ ਮੌਲਾ ਉਸਤਾਦ ਜੀ ਨੇ ਪੰਪ ਤੇ ਗੱਡੀ ਖਾਰ ਕੇ ਚੂਪ ਜਿਹੜੇ ਉੱਥੇ ਦੇਖਿਓ ਇਹ ਬੰਦੇ ਪਹਿਲੇ ਪੜਾਉਂ ਯਾਰ ਵਿੱਚ ਸਹੀ ਅੱਗ ਲੱਗੀ ਪਈ ਸੀ ਅੰਦਰ ਕਸਮ ਹਾਂਜੀ ਅੱਗ ਲੱਗੀ ਪਈ ਸੀ ਭੁੱਖ ਨਾਲ ਉਸਤਾਦ ਜੀ ਹੁਣ ਸਾਡੇ ਲੱਗੀ ਆ ਉਸਤਾਦ ਜੀ ਦੇ ਅੰਬ ਤੁਸੀਂ ਦੋ ਦਿੱਤੇ ਆ ਨਾ ਇਹਨੂੰ ਇਹਨੇ ਪੈਟਰੋਲ ਪੰਪ ਤੇ ਗੱਡੀ ਖਾਰ ਕੇ ਨਾ ਪੈਟਰੋਲ ਨੇ ਪੰਪ ਧੋ ਕੇ ਉਸ ਚੂਪ ਜਿਹੜੇ ਦੇਖਿਓ ਉਧਰ ਹੁਣ ਕਿਹੜਾ ਧੋਈ ਦੇ ਰਹਾ ਜੀ ਉਹ ਫਰੀਦਾ ਤੇਰੀ ਹੰਮ ਚੂਪਣੀਆਂ ਆ ਉਹਦੇ ਓਏ ਅੱਲਾ ਮਾਫੀ ਦੇਵੇ ਯਾਰ ਦੇਖੋ ਯਾਰ ਖੁਦਾ ਦੀ ਕਸਮ ਇਹਦੇ ਕੰਮ ਦੇਖੋ ਤੂੰ ਅੰਬ ਦੇਖਿਓ ਜੀ ਕੰਮ ਸ ਕੰਮ 30 32 ਅੰਬ ਖਾ ਗਿਆ ਉਸਤਾਦ ਜੀ ਲੱਸੀ ਦਾ ਫੋਨ ਕਰਿਓ ਹੈ ਕੱਚੀ ਲੱਸੀ ਦਾ ਉਹ ਤੂੰ 24 ਘੰਟੇ ਚੱਲਿਆ ਮਾ ਕੱਚੀ ਨਹੀਂ ਮੰਗਾਉਣੀ ਮੈਂ ਕੱਚੀ ਜਦੋਂ ਵੀ ਮੰਗਾਈ ਨਾ ਰਸਤੇ ਟੁੱਟ ਜਾਂਦੀ ਉਸਤਾਦ ਜੀ ਕੱਚੀ ਲੱਸੀ ਤੋਂ ਮੁਰਾਦ ਹੁੰਦਾ ਨਮਕੀਨ ਲੱਸੀ ਉਹ ਬਣਵਾਵਾਂ ਹਾਂ ਉਹ ਵੀ ਚੂਪਣੀ ਆ ਕਿ ਪੀਣੀ ਆ ਲੋ ਸ਼ੁਕਰ ਅਲਹਮਦੁਲਿਲਾ ਭਾਈ ਆ ਦੁੱਧ ਦਾ ਡੱਬਾ ਲੈ ਜਾਓ ਨਾਲ ਇਹਨੂੰ ਗਾਟਾ ਦੇ ਲਈ ਨਹਿਰ ਤੇ ਲੈ ਜਾਓ ਅਲਹਮਦੁਲਿਲਾ ਫਰੀ ਲੱਤ ਮਾਰੇ ਦੇ ਵਿੱਚ ਨਿਕਲੇ ਹੋਣਾ ਕੋਈ ਨਾ ਅੰਬ ਐ ਕਮਾ ਹੱਥ ਫੇਰ ਜਿੱਦ ਖਾਣਾ ਖੇਲੀ ਦਾ ਅੱਲਾ ਤਾਲਾ ਤੁਹਾਨੂੰ ਭਾਜੀ ਬਹੁਤਾ ਦੇਵੇ ਉਹ ਚ ਮਾਰੋ ਚੋਂ ਨਿਕਲ ਆਉਣਾ ਹੀ ਯਾਰ ਰੱਖਣਾ ਉਹ ਪਾਸ ਕਰ ਉਹ ਫੜਾ ਇਹਦੇ ਸ਼ੋਖ ਹੀ ਹੋ ਗਿਆ ਚੱਲ ਨਿਕਲ ਚਲ ਉੱਠ ਚੱਲ ਆਪਾਂ ਜਾਤੋ ਚੱਲ ਜਦੋਂ ਸ਼ੋਖ ਕਰਵਾਇਆ ਤੈਨੂੰ ਬੁਲਾ ਲਿਆ ਕਰਾਂਗੇ ਚੱਲ ਪਹਿਲਾਂ ਵੀ ਸਪੋਰਟ ਕਰ ਚੱਲ ਨਿਕਲ ਚੱਲ ਅਗਲੇ ਸਾਲ ਹੁਣ ਚੱਲ ਐਡਾ ਆਰਟਿਸਟ ਕਿਤੇ ਐਡਾ ਮਹਿੰਗਾ ਅੱਲਾ ਮਾਫੀ ਦੇਵੇ ਇੱਕ ਪ੍ਰੋਗਰਾਮ ਕਰਕੇ 7.5 ਕਿਲੋ ਦਾ ਬਸਾ ਗਿਆ ਇਦਾਂ ਦੇ ਆਰਟਿਸਟ ਆ ਕੇ ਦਾਗੀ ਫੜ ਰੱਖੀ ਤਾਂ ਤੁਸੀਂ ਵੀ ਸਾਰਾ ਫਰੈਸ਼ ਉਹ ਮੈਨੂੰ ਕੀ ਦਿਖਾਉਣ ਡਿਆ ਮੈਂ ਇਨਸਪੈਕਸ਼ਨ ਇਨਸਪੈਕਟਰ ਨਾ ਦਿਖਾਉਂ ਇਨਸਪੈਕਸ਼ਨ ਉਹ ਕਿਹੜਾ ਹੁੰਦਾ ਉਹ ਫੂਡ ਇਨਸਪੈਕਟਰ ਲੱਗਿਆ ਉਹੀ ਮੈਂ ਫੂਡ ਇਨਸਪੈਕਟਰ ਚਲੋ ਯਾਰ ਇਹਨੂੰ ਕਹਦੇ ਦਾਗ ਕਰਦੇ ਨੂੰ ਮਾਰ